ਕੈਪਟਨ ਸਰਕਾਰ ਅਤੇ ਬਾਦਲ ਪਰਿਵਾਰ ਮਿਲ ਕੇ ਹੀ ਇਹ ਸਾਰੇ ਜਿਹੜੇ ਸਾਜ਼ਿਸ਼ਾਂ ਇਹ ਖੇਡ ਰਹੇ, ਤਾਂ ਹੀ ਬਲਵੰਤ ਸਿੰਘ ਰਾਜੂਵਾਨੀ ਦੀ ਫਾਂਸੀ ਦੀ ਜਿਹੜੀ ਸਜ਼ਾ ਉਹ ਰੱਦ ਨਹੀਂ। ਇਹ ਤਾਂ ਸਭ ਕੁਛ ਨੰਗਾ ਹੀ ਹੋ ਗਿਆ, ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਫੜਿਆ ਗਿਆ, ਸਾਰੀ ਇਨਕੁਆਇਰੀ ਕੀਤੀ ਗਈ, ਤੇ ਉਹ ਬਾਦਲ ਇਹਦੇ ਅਮਰਿੰਦਰ ਦੇ ਮੂੰਹ ਨੂੰ ਤਾਲੇ ਲਾ ਕੇ ਬੋਲਿਆ ਹੀ ਨਹੀਂ ਹੁੰਦਾ। ਇਨਸਾਫ ਨਹੀਂ ਦੇ ਸਕਦੇ ਇਹ, ਕਿਉਂਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਹੈ ਉਹਦੀ ਮਦਦ ਨਾਲ ਅਮਰਿੰਦਰ ਦੀ ਸਰਕਾਰ ਬਣੀ ਹੈ। ਨਹਿਲਾ ਦਲ ਇੱਕੋ ਹੀ ਚੀਜ਼ ਹੈ, ਜਿਹੜਾ ਕੋਈ ਸੱਚ ਦੀ ਗੱਲ ਕਰਦਾ, ਅੱਗੇ ਸਿੱਧੂ ਸਾਹਿਬ ਨੇ ਗੱਲ ਕੀਤੀ ਸੱਚ ਦੀ, ਉਹਨੂੰ ਕੱਢ ਕੇ ਉਹ ਮਾਰਿਆ ਪਾਸੇ ਇਹਨਾਂ ਨੇ। ਇਹ ਰਲੀ ਮਿਲੀ ਕਹਾਣੀ ਇਹਨਾਂ ਦੀ, ਬਾਦਲ ਦੀ ਅਤੇ ਅਮਰਿੰਦਰ, ਜਿਹੜਾ ਇਹਨਾਂ ਨੂੰ ਥੋੜ੍ਹੀ ਅੱਖਾਂ ਮੁਕਾਉਂਦਾ ਨਾ, ਹੁਣ ਉਹ ਕਹਿੰਦਾ ਵੀ ਕਿਉਂ ਨਹੀਂ ਫੜਦੇ ਆਪਾਂ ਗੁਰੂ ਗ੍ਰੰਥ ਸਾਹਿਬ ਦੋਸ਼ੀਆਂ, ਜਦੋਂ ਸਭ ਕੁਝ ਨੰਗਾ ਹੋ ਗਿਆ ਫੜਦੇ ਕਿਉਂ ਨਹੀਂ। ਉਸ ਗੱਲ 'ਚ ਅਮਰਿੰਦਰ ਦੁਖੀ ਹੈ ਅਤੇ ਉਹਨੂੰ ਇਹ ਲਾਉਣਾ ਚਾਹੁੰਦੇ ਆ। ਇਹ ਹੁਣ ਬਾਦਲ ਕੇ ਬੜੇ ਚੌੜੇ ਹੋ ਰਹੇ ਸਾਰੇ, ਗੁਰੂ ਨਾਨਕ ਪਾਤਸ਼ਾਹ ਤਾਂ ਐਸੀ ਬਣਦੇ ਆ, ਅਤੇ ਉਹ BJP ਦੇ ਕਿਉਂ ਨਹੀਂ ਯਾਦ ਆਉਂਦੀ ਇਹਨਾਂ ਨੂੰ, ਜਿਹਨਾਂ ਨੇ ਬਾਦਲ ਵੀ ਤੋੜਿਆ, ਗੁਰੂ ਨਾਨਕ ਪਾਤਸ਼ਾਹ ਦੇ ਨਾਂ ਤੋਂ ਇੰਨਾ ਸੜੇ ਇਹ, ਉਹਨਾਂ ਨਾਲ ਸਮਝੌਤੇ ਕੀਤੇ ਇਹਨਾਂ ਨੇ।